7.5 ਸ਼ਹੀਦ ਹੋਏ ਸੀ ਜੀ ਦਿੱਲੀ ਮੋਰਚੇ ਦੇ ਵਿੱਚ ਉਹਨਾਂ ਉੱਪਰ ਹੋ ਗਏ ਸੀ ਉਹਨਾਂ ਨੂੰ ਨੌਕਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਰਾਹਤ ਸਰਕਾਰ ਵੱਲੋਂ ਹੁਣ ਤੱਕ ਮਿਲੀ ਕਿ ਨਹੀਂ ਅਜੇ ਤੱਕ ਟੋਟਲ ਲੋਕਾਂ ਨੂੰ ਨਹੀਂ ਮਿਲਿਆ ਪਿੰਡਾਂ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ ਕੀ ਹੁਣ ਤੱਕ ਦੇ ਸਾਰੀਆਂ ਮੰਗਾਂ ਜੋ ਚੱਲ ਰਹੀ ਹੈ ਜੀ ਪਿੰਡਾਂ ਵਾਲੇ ਚਲਾਉਣ ਵਾਸਤੇ ਆ ਰਹੇ ਨੇ ਸਰਕਾਰ ਨੂੰ ਆ ਮਾਰੋ ਨਿਗਾਹਾਂ ਨੂੰ ਇਹ ਲੋਕ ਪਿੰਡਾਂ ਜੋ ਇਹਨੂੰ ਚਲਾਉਣ ਵਾਸਤੇ ਆ ਰਹੇ ਕਿਉਂਕਿ ਇਹਨੂੰ ਪਤਾ ਨਹੀਂ ਨਾ ਆਪ ਨੂੰ ਤੈਨੂੰ ਨਹੀਂ ਪਤਾ ਤੇ ਇਹਨਾਂ ਨੂੰ ਆਹ ਲੈ ਜਾ ਜਿਹੜਾ ਮਰਜ਼ੀ ਲੈ ਜਾ ਨਾ ਬੰਦਿਆਂ 'ਚੋਂ ਇਹ ਸਾਰੇ ਇਹਨੂੰ ਚਲਾਉਣ ਵਾਲੀ ਜਾਂਚ ਜਿਹੜੀ ਉਹ ਦੱਸ ਦੇਣਗੇ ਕਿਉਂਕਿ ਭਗਵੰਤ ਮਾਨ ਨੂੰ ਬਿਲਕੁਲ ਨਹੀਂ ਪਤਾ ਇੰਟਰੇਟ ਬਿਆਨ ਨੇ ਸਾਰੇ ਇਹਦੇ ਕੋਈ ਕਿਤੇ ਕੁਛ ਕਹਿ ਦੇਣਾ ਕਿਤੇ ਕੁਛ ਕਹਿ ਦੇਣਾ ਕਿਤੇ ਕਹਿਣਾ ਕਿ ਧਰਨਿਆਂ ਵਾਸਤੇ ਬੰਦੇ ਨਹੀਂ ਲੱਭਣੇ ਉਹਦੇ ਮੂੰਹ 'ਤੇ ਚਮਾਤਾ ਬਹੁਤ ਤਕੜੀ ਚਪੇਟ ਆ ਉਹਦੇ ਮੂੰਹ ਦੇ ਉੱਤੇ ਅਜੇ ਪਰਸੋਂ ਨੇ ਬਿਆਨ ਦਿੱਤਾ ਕਿਵੇਂ ਦੁਨੀਆ ਆਈ ਹੈ ਧਰਨਿਆਂ 'ਚੋਂ ਨਿਕਲੀ ਸਰਕਾਰ ਹੈ ਨਾ ਇਹ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਸੋਭਾ ਨਹੀਂ ਦੇਣੀਆਂ ਲੋਕਾਂ ਦੀਆਂ ਮੰਗਾਂ ਪੂਰੀਆਂ ਕਰੇ ਕਿਸੇ ਵੀ ਨਹੀਂ ਆਉਣਾ ਸਾਡੇ ਨਾਲ ਬਿਲਕੁਲ ਸਹੀ ਗੱਲ ਹੈ ਉਹਦੀ ਪਰ ਜੇ ਪੂਰੀਆਂ ਕਰੂਗਾ ਅਗਰ ਨਹੀਂ ਪੂਰੀਆਂ ਕਰਦਾ ਤਾਂ ਲੋਕ ਧਰਨਿਆਂ ਦੇ ਵਿੱਚ ਆਉਣਗੇ ਇਸੇ ਤਰ੍ਹਾਂ ਲੋਕ ਇਹੋ ਜਿਵੇਂ ਟੋਲੇ ਬਣਾ ਬਣਾ ਕੇ ਜਾ ਰਹੇ ਨੇ ਚੱਲਦੇ ਰਹਿਣਗੇ ਕਹਿੰਦੇ ਸੀ ਮੁਆਵਜ਼ਾ ਦੇਵਾਂਗੇ ਜਿਹੜਾ ਹੜ੍ਹਾਂ ਪੀੜਤਾਂ ਦਾ ਮੁਆਵਜ਼ਾ ਹੈ ਗੰਨਿਆਂ ਦਾ ਮੁਆਵਜ਼ਾ ਹੈ ਹੁਣ ਤੱਕ ਮਿਲਿਆ ਬੱਕਰੀਆਂ ਬੁੱਕਰੀਆਂ ਦਾ ਮੁਆਵਜ਼ਾ ਕੁੱਕੜਾਂ ਦਾ ਵੀ ਕਹਿਤਾ ਸੀ ਆਂਡਿਆਂ ਦਾ ਵੀ ਖੋਣੀ ਕਹਿਤਾ ਬੱਕਰੀਆਂ ਦਾ ਕਹਿਤਾ ਪਰ ਦਿੱਤਾ ਤਾਂ ਕੱਖ ਨਹੀਂ ਦੇਵੇ ਤਾਂ ਸਹੀ ਨਾ ਕੁਛ ਲੋਕ ਕਹਿੰਦੇ ਨੇ ਕੁੱਕੜਾਂ ਦਾ ਛੱਡ ਦਿਓ ਕੋਠਿਆਂ ਦਾ ਦੇ ਦਿਓ ਸਰਕਾਰ ਤੋਂ ਉਮੀਦਾਂ ਸੀਗੀਆਂ ਇਹ ਉਮੀਦਾਂ ਕਿੱਥੋਂ ਕਿਤਾ ਖੜੀ ਬਦਲਾਅ ਕਰਤਾ ਇਹਨਾਂ ਨੇ ਬਹੁਤ ਜ਼ਿਆਦਾ ਵੱਡਾ ਜੀ ਹੁਣ ਬਦਲਾਅ ਹੀ ਆ ਸਾਰਾ ਦੇਖੋ ਜਿੰਨੇ ਬਿਆਨ ਨੇ ਸਾਰੇ ਬਦਲਾਅ ਇਹਦੇ ਸਾਰੇ ਬਿਆਨ ਹੀ ਬਦਲਾਦੇ ਨੇ ਬਾਈ ਜੀ ਮੋਦੀ ਸਰਕਾਰ 'ਤੇ ਗੱਲ ਕਰਦੇ ਹਾਂ ਮੋਦੀ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਸੀ MSP ਦੀ ਗੱਲ ਸੀ ਹੋਰ ਜਿਹੜੇ ਸੀਗੇ ਉਹ ਮੁੱਦੇ ਕਿੱਥੇ ਖੜੇ ਨੇ ਉਹ ਸਾਰੇ ਉੱਥੇ ਹੀ ਖੜੇ ਜਿੱਥੇ ਛੱਡਿਆ ਸੀ ਉੱਥੇ ਦੇ ਉੱਥੇ ਖਲੋਤੇ ਆ ਟ੍ਰਾਇਲ ਦਿਖਾ ਰਹੇ ਆ ਵੀ ਜੇਕਰ ਤੁਸੀਂ ਨਾ ਇਹ ਮੰਗਾਂ ਹੱਲ ਕੀਤੀਆਂ ਸਾਡੀਆਂ ਮਸਲੇ ਹੱਲ ਨਾ ਕੀਤੇ ਓਡਾ ਹੀ ਧਰਨਾ ਉਸੇ ਤਰ੍ਹਾਂ ਹੀ ਫਿਰ ਲੱਗ ਸਕਦਾ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਰੋਕ ਲਿਆ ਗਿਆ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕੋਈ ਗੱਲ ਨਹੀਂ ਜੀ ਰਲ ਲੈਣ ਜੋ ਮਰਜ਼ੀ ਤਾਂ ਰਲ ਕੇ ਕਰ ਰਹੇ ਨੇ ਜੋ ਕਰ ਰਹੇ ਨੇ ਪਰ ਆਪਾਂ ਨੂੰ ਇਹ ਗੱਲ ਕੋਈ ਮਤਲਬ ਨਹੀਂ ਅਸੀਂ ਤਾਂ ਕਹਿੰਦੇ ਸਾਡੀਆਂ ਮੰਗਾਂ ਪੂਰੀਆਂ ਕਰੋ ਰਲ ਕੇ ਕਰੋ ਲੱਗ ਲੱਗੇ ਕਰੋ ਜੋ ਮਰਜ਼ੀ ਕਰੋ ਬੱਤੀ ਕਿਸਾਨ ਯੂਨੀਅਨ ਦੇ ਸੱਦੇ ਦੇ ਉੱਤੇ ਮੋਰਚਾ ਸ਼ੁਰੂ ਹੋ ਗਿਆ ਕੱਲ੍ਹ ਤੋਂ ਲੈ ਕੇ ਅੱਜ ਦੂਜਾ ਦਿਨ ਹੈ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਲ ਮੁੱਖ ਮੰਗਾਂ ਨੂੰ ਲੈ ਕੇ ਕਿਸਾਨ ਸੜਕਾਂ ਦੇ ਉੱਤੇ ਆ ਗਏ ਨੇ ਮੋਰਚਾ ਸ਼ੁਰੂ ਹੈ ਗੱਲਬਾਤ ਕਰਦੇ ਹਾਂ ਕਿਸਾਨ ਆਗੂਆਂ ਦੇ ਨਾਲ ਕਿਸਾਨ ਆਗੂ ਸਾਡੇ ਨਾਲ ਨੇ ਬਾਈ ਜੀ ਕਿਹੜੀ ਕਿਸਾਨ ਯੂਨੀਅਨ ਤੋਂ ਤੁਸੀਂ ਬੂਟਾ ਸਿੰਘ ਸ਼ਾਦੀਪੁਰ BKU ਸ਼ਾਦੀਪੁਰ ਤੋਂ ਕਿਸ ਤਰ੍ਹਾਂ ਦਾ ਹੈਗਾ ਜਿਹੜੀ ਰਣਨੀਤੀ ਹੈ ਮੰਗਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ ਕਿਹੜੀਆਂ ਕਿਹੜੀਆਂ ਮੰਗਾਂ 'ਤੇ ਰੇੜਕਾ ਬਣਿਆ ਹੋਇਆ ਵੇਖੋ ਕੇਂਦਰ ਸਰਕਾਰ ਨਾਲ ਤਾਂ ਸਾਡੀਆਂ ਪੁਰਾਣੀਆਂ ਮੰਗਾਂ ਜਿਹੜੀਆਂ ਰਹਿ ਗਈਆਂ ਸੀ ਉਦੋਂ ਉਹ ਮਨਜ਼ੂਰ ਕਰਾਉਣੀਆਂ ਉਹਨਾਂ ਤੋਂ ਮਨਾਉਣੀਆਂ ਉਹ ਜਦੋਂ ਦਿੱਲੀ ਤੋਂ ਆਪਾਂ ਮੋਰਚਾ ਸਸਪੈਂਡ ਕਰਕੇ ਆਏ ਸੀ ਪੰਜਾਬ ਸਰਕਾਰ ਨਾਲ ਜੁੜਵੀਆਂ ਮੰਗਾਂ ਕੁਛ ਜਿਵੇਂ ਹੜ੍ਹਾਂ ਦਾ ਖਰਾਬਾ ਹੋ ਗਿਆ ਗੜੇ ਦਾ ਖਰਾਬਾ ਹੋ ਗਿਆ ਇਸੇ ਤਰ੍ਹਾਂ ਆਪਣਾ ਪਰਾਲੀ ਨੂੰ ਪਰਚੇ ਪਰਾਲੀ ਦੇ ਪਰਚੇ ਨਾ ਕਰੇ ਹੋਏ ਨੇ ਟ੍ਰੇਨਾਂ ਵਾਲੇ ਪਰਚੇ ਨਾ ਕਰੇ ਹੋਏ ਨੇ ਕਈ ਮੰਗਾਂ ਨੇ ਪੰਜਾਬ ਸਰਕਾਰ ਨਾਲ ਵੀ ਅਤੇ ਕੇਂਦਰ ਸਰਕਾਰ ਨਾਲ ਪੁਰਾਣੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੂੰ ਹੀ ਕਹਿ ਰਹੇ ਕਿ ਸਾਡੀਆਂ ਮੰਗਾਂ ਸਾਰੀਆਂ ਜਲਦੀ ਮੰਨੀਆਂ ਜਾਣ ਮੰਨ ਕੇ ਉਹ ਲਾਗੂ ਕੀਤੀਆਂ ਜਾਣ 750 ਦੇ ਕਰੀਬ ਕਿਸਾਨ ਦਿੱਲੀ ਸ਼ੰਭੂ ਮੋਰਚੇ ਦੇ ਉੱਤੇ ਆਪਾਂ ਤੁਰੇ ਚੱਲਦੇ ਜੀ ਨਾਲੇ ਗੱਲਬਾਤ ਕਰਦੇ ਰਹਿਣਾ ਟ੍ਰੈਫਿਕ ਨਹੀਂ ਰੁਕੂਗੀ ਬੱਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਇਹ ਮੋਰਚਾ ਸ਼ੁਰੂ ਕੀਤਾ ਗਿਆ 750 ਕਿਸਾਨ ਸ਼ਹੀਦ ਹੋਏ ਸੀ ਜੀ ਦਿੱਲੀ ਮੋਰਚੇ ਦੇ ਵਿੱਚ ਉਹਨਾਂ ਉੱਪਰ ਹੋ ਗਏ ਸੀ ਉਹਨਾਂ ਨੂੰ ਨੌਕਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਰਾਹਤ ਸਰਕਾਰ ਵੱਲੋਂ ਹੁਣ ਤੱਕ ਮਿਲੀ ਕਿ ਨਹੀਂ ਅਜੇ ਤੱਕ ਟੋਟਲ ਲੋਕਾਂ ਨੂੰ ਨਹੀਂ ਮਿਲਿਆ ਕੁਛ ਲੋਕਾਂ ਨੂੰ ਮਿਲ ਗਿਆ ਕੁਛ ਲੋਕ ਉਹਦੇ 'ਚ ਵੀ ਰਹਿੰਦੇ ਨੇ ਨੌਕਰੀਆਂ ਰਹਿੰਦੀਆਂ ਨੇ ਅਤੇ ਜੋ ਉਹਨਾਂ ਨੂੰ ਸਹਾਇਤਾ ਦੇਣੀ ਸੀ ਸਰਕਾਰ ਨੇ ਉਹ ਵੀ ਅਜੇ ਰਹਿ ਗਈ ਹੈ ਉਹ ਵੀ ਮੰਗ ਵਿੱਚ ਹੀ ਹੈ ਕਿ ਉਹਨਾਂ ਲੋਕਾਂ ਨੂੰ ਵੀ ਸਰਕਾਰ ਜਿਹੜੀ ਹੈ ਜੋ ਸਰਕਾਰ ਦਾ ਐਲਾਨ ਆ ਸਰਕਾਰ ਨੇ ਜੋ ਪ੍ਰੋਟੋਕੋਲ ਤਿਆਰ ਕੀਤਾ ਉਹਦੇ ਮੁਤਾਬਕ ਉਹਨਾਂ ਲੋਕਾਂ ਨੂੰ ਵੀ ਉਹ ਸਹਾਇਤਾ ਜਿਹੜੀ ਉਹ ਦਿੱਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਪਿੰਡਾਂ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ ਕੀ ਹੁਣ ਤੱਕ ਦੇ ਸਾਰੀਆਂ ਮੰਗਾਂ ਜੋ ਚੱਲ ਰਹੀ ਹੈ ਜੀ ਪਿੰਡਾਂ ਵਾਲੇ ਚਲਾਉਣ ਵਾਸਤੇ ਆ ਰਹੇ ਨੇ ਸਰਕਾਰ ਨੂੰ ਆਹ ਮਾਰੋ ਨਿਗਾਹਾਂ ਨੂੰ ਇਹ ਲੋਕ ਪਿੰਡਾਂ 'ਚੋਂ ਇਹਨੂੰ ਚਲਾਉਣ ਵਾਸਤੇ ਆ ਰਹੇ ਕਿਉਂਕਿ ਇਹਨੂੰ ਪਤਾ ਨਹੀਂ ਨਾ ਆਪ ਨੂੰ ਇਹ ਚਲਾਉਣ ਵਾਸਤੇ ਲੋਕ ਆ ਰਹੇ ਇਹਨੂੰ ਦੱਸਣ ਵਾਸਤੇ ਆ ਰਿਹਾ ਵੀ ਇੱਦਾਂ ਸਰਕਾਰ ਚਲਾਈ ਦੀ ਹੈ ਤੈਨੂੰ ਨਹੀਂ ਪਤਾ ਤਾਂ ਇਹਨਾਂ ਨੂੰ ਆਹ ਲੈ ਜਾ ਜਿਹੜਾ ਮਰਜ਼ੀ ਲੈ ਜਾ ਨਾ ਬੰਦਿਆਂ 'ਚੋਂ ਇਹ ਸਾਰੇ ਇਹਨੂੰ ਚਲਾਉਣ ਵਾਲੀ ਜਾਂਚ ਜਿਹੜੀ ਉਹ ਦੱਸ ਦੇਣਗੇ ਕਿਉਂਕਿ ਭਗਵੰਤ ਮਾਨ ਨੂੰ ਬਿਲਕੁਲ ਨਹੀਂ ਪਤਾ ਇੰਟਰੇਟ ਬਿਆਨ ਨੇ ਸਾਰੇ ਹੀ ਇਹਦੇ ਸਾਰੇ ਟੋਟਲ ਇੰਟਰੇਟ ਬਿਆਨ ਜਿਹੜਾ ਇਹੋ ਜਿਹਾ ਬਿਆਨ ਦੇ ਨਾਲ ਲੋਕਾਂ ਦੀਆਂ ਸੰਗਾਂ ਲਾਉਣੀਆਂ ਕੋਈ ਕਿਤੇ ਕੁਛ ਕਹਿ ਦੇਣਾ ਕਿਤੇ ਕੁਛ ਕਹਿ ਦੇਣਾ ਕਿਤੇ ਕਹਿਣਾ ਕਿ ਧਰਨਿਆਂ ਵਾਸਤੇ ਬੰਦੇ ਨਹੀਂ ਲੱਭਣੇ ਉਹਦੇ ਮੂੰਹ 'ਤੇ ਚਮਾਤਾ ਬਹੁਤ ਤਕੜੀ ਚਪੇਟ ਆ ਉਹਦੇ ਮੂੰਹ ਦੇ ਉੱਤੇ ਅਜੇ ਪਰਸੋਂ ਨੇ ਬਿਆਨ ਦਿੱਤਾ ਕਿਵੇਂ ਦੁਨੀਆ ਆਈ ਹੈ ਲੋਕ ਦੁਖੀ ਨੇ ਦੁਖੀ ਹੋਇਆ ਹਰ ਇੱਕ ਬੰਦਾ ਉਸ ਪਾਸੇ ਨੂੰ ਤੁਰਦਾ ਜਿਹਨੂੰ ਜਿੱਥੋਂ ਨੂੰ ਪਤਾ ਲੱਗਦਾ ਵੀ ਸ਼ਾਇਦ ਸਾਨੂੰ ਕੋਈ ਸਹੂਲਤ ਮਿਲੇਗੀ ਚਾਹੇ ਸਾਡਾ ਇੱਥੇ ਤੁਰ ਕੇ ਫਾਇਦਾ ਹੋਊਗਾ ਭਗਵੰਤ ਮਾਨ ਫਾਇਦੇ ਕਰਦੇ ਬਾਕੀ ਨਹੀਂ ਲੋਕ ਆਉਣਗੇ
भगवंत मान सारिया मंगा मन लवे मन के जो लोग मंग करते पूरी कर दे बिल्कुल नहीं लोग आने के धरने से असं भी नहीं आवेंगे लैन के आना धरने कोई कम नहीं धरने के ना किसी का दिल करता सड़कों पर बहन उन्होंने आखो मान साहब नु आके बह जाए धरने चो निकली सरकार है ना उन्होंने यहोजी गल्ला सोभा नहीं देनिया लोगों दंगा पूरी करे किसी भी नहीं आना साढ़े नाल बिल्कुल सही गल है पर जे पूरी करेगा अगर नहीं पूरी करता तो लोग धरने के आने इसे तरह लोग जिम्मे टोले बना बना के जा रहे चलते रहने भाई जी मुख्यमंत्री साहब कहते भी सड़कों ना जाम करो सड़कों के धरने ना लाओ मेरे ना गलबात कर लो लोग परेशान होंगे ने तो किसी टाइम के खुद धरने लाते रहे हैं ये कि बदला आ गया यही गल करते हैं ना वो पहलिया वीडियो जी कढ़ के देख लो तुम पहला की कहते होंगे सके तो हूँ देख लो बिल्कुल ही उल्टा 100% उल्टा वो इस करके अं कहने कि भगवंत मान अपन गलों से खड़ना चाहिए जिड़िया उनकी स्टेटमेंटा ने उही कढ़ा के उन्होंने उस ढंग के ना लागू करता जाए बस कोई धरना चाहूगा नहीं किसी को धरना मारना नहीं पेगा किसी को धरने जाने की लोड़ बिल्कुल नहीं पेगी कहते मुआवजा देवे जो हड़ा पीड़ितों का मुआवजा है गन्नों का मुआवजा है हूँ तक मिले बकरिया बुकरिया का मुआवजा कुकड़ा का भी कहता ही आंडिया का भी खुणी कहता बकरिया का कहता पर दिता तो कख नहीं देवे तो सही ना कुछ लोग कहते हैं कुकड़ा का छड़ दो कोठिया का दे दो मकान गिर गए मकाना का कुछ नहीं मिले अज तक लोगों जो लोग मंग करते हैं उस पास भगवंत मान नहीं चल रहा उन्होंने चलना चाहिए हमेशा उ ही लीडर कामयाब होंगे ने जोड़े लोगों दावनावान अनुसार कम करते जोड़े लोगों दावनावान के उल्ट जाना शुरू कर देंगे ने उन्होंने लोग नकार देंगे जी सरकार बदलाव नाल आई सी किसानों ने बड़ी गिनती के वोटा सरकार तो उम्मीदा सगिया ये उम्मीदा कितों कदा खड़ी बदलाव करता इन्होंने बहुत ज़्यादा बड़ा जी हम बदलाव ही है सारा देखो जिन्हें बयान ने सारे बदलाव ये ये सारे बयान ही बदला देने इन्होंने अपने ब्याह करा ले सारा सिस्टम उधर नू चला लिया असी नहीं कहते ना कराउन पर लोगों के मसले लोग मसले जोड़े ने हल जरूर करन उन्हां करके लोगों ने वड्डे पद्धर के उत्ते इन्हों वोटा पा के जिता के सरकार बना के दी है भी तुहानू कोई छेड़ भी ना सके साडे मसले हल करो पर वरना नहीं हो रहा भाई जी मोदी सरकार ते गल करदे आ मोदी सरकार ने जिहड़ियां मंगां मन्नियां सी MSP दी गल सी होर जिहड़े सीगे ओह मुद्दे कित्थे खड़े ने ओह सारे उत्थे खड़े जिथे छड्डा सी उत्थे दे उत्थे खलोते आ कोई भी उस तो बाद किसी ने हल किया ही नहीं ता ही आ धरना लाना पिया ता ही आ उन्होंने एक अल्टीमेटम वाली गल ट्रायल दिखा रहे हैं भी जेकर तुसी ना ये मंगा हल कीतियां साडियां मसले हल ना किते ओडा ही धरना उस तरह ही फिर लग सकता MSP की मंग के उत्ते कोई कमेटी बनी सी उहदा की बनिया नहीं वह कमेटी तो उन्होंने लोगों की उन्होंने बना ली जिहड़ी कमेटी उन्होंने हक दे विच पहिलां बोलती रही है उन्होंने लोगों को खड़ा करके उन्होंने लोगों को तैयार करके उन्होंने उन्होंने कमेटी बना ली पर उन्होंने असी रद्द कर दिता ही भी यह कमेटी सानूं मंजूर नहीं वड्डी पद्धर उत्ते परचे दर्ज होए सी किसानां दे उत्ते उस अंदोलन दौरान उन्हां दा की बणे अजे परचे भी नहीं रद्द हो जी यही मंग है साडी भी परचे जो भी पुराने ने कि परचे करे हुए इन्हां ने नवें पुराने जो हैं वो सारे रद्द किए जाण ते मंगा साडियां जिहड़ियां मन्नण वालियां सरकार जो सानूं रिटन भी दित्ती हुई है वो सरकार साडियां मंगा पूरियां करे चंडीगढ़ दे विच किसानां नूं रोक लिया गया अगे जाण नहीं दित्ता जा रहा वड्डी पद्धर ते पिछों तक जाम लग्या होया तुसीं ला लो बनूड़ तक दे उत्ते इकट्ठ हैगा ते किवें देखदे हो इह सरकारां दी जिहड़ी नीतियां केंद्र ते पंजाब सरकार किते रली तां नहीं होई कोई गल नहीं जी रल लैन जो मर्जी तो रल के कर रहे हैं जो कर रहे हैं पर आपां नूं इह गल कोई मतलब नहीं अजे तक इन्हें साडियां मंगा पूरियां करो रल के करो अलग अलग करो जो मर्जी करो सानूं अपनियां मंगा पूरियां कराउण तां ही आ सरकार देखो की करदी आ इन्हां ने रोक लिया कोई दिक्कत नहीं असीं बैठ गए असीं नहीं चाहुंदे कि लॉ एंड आर्डर दी हालत जिहड़ी ओह खराब होवे अगर जे किते उहनां कीती लॉ एंड आर्डर की हालत जो खराब होंगी है लॉ एंड आर्डर बिगड़ता तो फिर सरकार की जिम्मेवारी होगी अं तो बैठ गया साडियां मंगा मान लिया चुप करके सारे टुर जाना इतों ठीक है ना मंगा मानन का ऐलान कर दे सरकार भी अभी मान लिया इतने जिन्या मर्जी सी वादा मारी जी किसी नहीं खड़ना सारे जाएंगे भी ठीक है मंगा मान ली गल खत्म होगी धनों वाली फाटक तो लग्या मोर्चा सरकार ने मंगा मान लिया बुला लिया उन्होंने सारा कुछ उन्होंने किया लोग उठ के चल गए हूँ भी सरकार करे जो सरकार नहीं मनती उदों ही लोग फिर तैश चाहते हैं धरने लाते हैं जाम लगते हैं दुनिया परेशान होंगी है असी नहीं चाहते कि लोग परेशान हो सरकार कर दिया ने बहुत धन्यवाद भाई जी पे सर भारतीय किसान यूनियन शादीपुर के सीनियर आगू जिन्हों ने कहा कि मोर्चा तो हजे शुरुआत आ केंद्र सरकार जे मंगा नहीं मानती जां पंजाब सरकार टस तो मस नहीं होंगी तो संघर्ष होर तिखा होगा तुसीं देख रहे हो पंजाबी लाइन TV कैमरामैन सुरेंद्र होरां दे नाल निर्मल सिंह मानशी दी ब्यूरो रिपोर्ट चंडीगढ़।